ਤੇ ਆਂਦਾ ਪੀ ਹੋਵੇ ਰਸਤੇ 'ਚ। ਸਾਡੇ ਜੰਗ ਦਾ ਕਲਚਰ ਹੈ ਜੋ ਬੰਦੇ ਕੰਮ ਕਾਰ ਛੋੜ ਕੇ ਜਨਾਜ਼ੇ ਦਾ ਇਸਤਕਬਾਲ ਕਰਦੇ। ਕੋਈ ਸਵਾਰੀ 'ਤੇ ਤਾਂ ਸਵਾਰੀ ਰੋਕ ਛੁੜਿੰਦਾ ਕਿ ਇਸ ਦਾ ਇਸ ਮੁਸਾਫਿਰ ਦਾ ਆਖਰੀ ਸਫ਼ਰ ਹੈ। ਦੀਗਰ ਢਲ ਗਈ ਹੈ, ਮੈਂ ਗਰੀਬ ਦੀ ਧੀ ਦਾ ਜਨਾਜ਼ਾ ਪਿਆ ਪੜਦਾ। ਬਾਬਾ ਜੀ ਹਾਏ ਕਰੋ ਤਾਂ ਗੱਲਾਂ ਔਖੀਆਂ ਪਿਆ ਕਰਦਾ, ਮੈਨੂੰ ਅੱਲਾ ਦੇ ਨਾਂ 'ਤੇ ਦੱਸੋ ਇੱਕ ਜਨਾਜ਼ਾ ਪੁੱਤਰ ਦਾ ਨਹੀਂ ਸ਼ਾਮ 'ਚ ਧੀ ਦਾ ਚਵੀ। ਹਯਾਤੀ ਹੋਵੇ ਤਾਂ ਚਾਹਵਣ ਵਾਲੇ ਕਿਤਨੇ ਹੁੰਦੇ ਭਾਈ ਜਾਨ? ਚਾਰ। ਕਿਹੜਾ ਗਰੀਬ ਹੈ ਹੁਸੈਨ, ਆਜ਼ਾਦਾਰ ਬੈਠੇ ਹੋ, ਜਿਹੜੇ ਸਫੈਦ ਰੀਸ ਬਜ਼ੁਰਗ ਬੈਠੇ ਹੋ, ਤੁਹਾਡਾ ਬਾਲ ਹਾਂ, ਤੁਹਾਡਾ ਅਜ਼ੀਜ਼ ਹਾਂ, ਅਗਰ ਦੁਆ ਕਰੇ ਤਾਂ ਲਫ਼ਜ਼ ਮੈਂ ਪਿਆਦਾ, ਚਾਹਵਣ ਵਾਲਾ ਹੀ ਇੱਕ ਹੈ ਅਤੇ ਉਹ ਵੀ ਪਾਬੰਦ ਹੈ। ਕੀ ਖਿਆਲ ਹੈ? ਇਸ ਤੋਂ ਵੱਡੀ ਕਿਹੜੀ ਗੁਰਬਤ ਹੈ? ਜਨਾਜ਼ਾ ਪੁੱਤਰ ਦਾ ਨਹੀਂ, ਧੀਆਂ ਦੇ ਨੇਕ ਨਸੀਬ ਨੇ, ਜਨਾਜ਼ਾ ਧੀ ਦੇ ਅਤੇ ਚਾਹਵਣ ਵਾਲਾ ਹੀ ਇੱਕ ਹੈ ਅਤੇ ਉਹ ਵੀ ਪਾਬੰਦ ਹੈ। ਪਰ ਮੈਂ ਦਿਨ ਬਾਕਰ ਐਲਾਨ ਕਰ, ਲੋਕ ਮੇਰੀ ਫੁੱਫੀ ਮਰ ਗਈ ਹੈ, ਕਹਿ ਜਨਾਜ਼ੇ ਸ਼ਰੀਕ ਹੋਵਣੇ ਤਾਜੋ ਮੇਰੇ ਇਲਵਤਾਂ ਨਾਲ ਐਲਾਨ ਹੋਵਣ ਦੀ ਢਿੱਲ ਆਈ, ਲੋਕ ਸ਼ਰੀਕ ਤੋਂ ਵੇ ਨਾ, ਲੇਕਿਨ ਉਹ ਮੁਸਲਮਾਨ ਅੱਲਾ ਜਾਣੇ ਕੇ ਜਾਏ ਇੱਜ਼ਤ ਦਾਲਿਓ ਜਨਾਜ਼ਾ ਸਜਾਵਤ ਚਾਹੀਆਂ ਦੇ ਐਨ ਅਤੇ ਲੋਕ ਪੱਥਰ ਮਰੇ ਨੇ। ਅਗਰ ਹੈ ਕਰੇ ਤਾਂ ਗੱਲਾਂ ਰੋਵਣ ਵਾਲੀਆਂ ਪਿਆ ਕਰਦਾ, ਵੈਰਾ ਤਾਲਿਓ ਬਾਕਰ ਵਹਿਣ ਕਰਕੇ ਆ ਦਿਨ ਨਾ ਮਾਰੋ ਅਸਾਂ ਗਰੀਬ ਇੱਜ਼ਤ ਦਾਲਿਓ ਮੁਸਾਫਰਾਂ ਵਾਲਾ ਕਬਰਿਸਤਾਨ ਆਇਆ, ਖੱਟੀ ਖਟਾਈ ਕਬਰ ਮਿਲੀ ਹੈ, ਰੋਵਣ ਤਾਂ ਤੇਰੇ ਮੁਕੱਦਰ ਦੇ, ਲੇਕਿਨ ਦੁਆ ਦੇ ਹੱਥ ਬੁਲੰਦ ਕਰ, ਮੈਂ ਤੇਰੇ ਹੱਕ ਹੀ ਦੁਆ ਪਿਆ ਮੰਗਦਾ। ਬਾਨੀਏ ਮਜਲਿਸ ਤੋਂ ਲੈ ਕੇ ਜਿਤਨੇ ਆਜ਼ਾਦਾਰ ਬੈਠੇ ਹੋ ਦੁਆ ਦੇ ਹੱਥ ਚਾਓ, ਮੇਰਾ ਅੱਲਾ ਦੀਗਰ ਹੋ ਗਈ ਹੈ, ਮੈਂ ਗਰੀਬ ਦੀ ਧੀ ਦਾ ਜਨਾਜ਼ਾ ਪਿਆ ਪੜਦਾ, ਮੇਰਾ ਅੱਲਾ ਜਿਹੜੇ ਆਏ ਕਰਕੇ ਪਹਿਰਾਉਂਦੇ ਨੇ ਇਹਨਾਂ ਨੂੰ ਉਤਨੇ ਤਾਈ ਮੌਤ ਨਾ ਦੇਵੇ, ਇਤਨਾ ਅਤਾ ਕਰੇ ਇਕੱਲੇ ਨਹੀਂ ਧੀਆਂ ਨਾਲ ਹੋਵੇ, ਮੁਸਾਫਰਾਂ ਲੈ ਕਬਰਿਸਤਾਨ 'ਚ ਸ਼ਾਮ ਵੰਜੇ, ਵੰਜ ਕੇ ਰੁੱਲੀ ਹੋਈ ਸੈਣ ਨੂੰ ਮੁਕਾਣ ਦੇਵੇ, ਗੈਰਾਂ ਤਾਲਿਓ ਖੱਟੀ ਖਟਾਈ ਕਬਰ ਮਿਲੀ, ਡੋ ਹੱਥ ਜ਼ਹਿਰ ਹੋਏ ਸਜਾਦਾ ਦਿਨ ਕੌਣ ਹੈ, ਹਾਲੇ ਹਾਲੇ ਆਵਾਜ਼ ਆਉਂਦੀ ਹੈ ਬਿਰਾਵਾਂ 'ਤੇ ਔਖੀ ਬਣ ਵੰਜੇ ਬਿਰਾ, ਮਦਦ ਨੂੰ ਆਉਂਦੇ ਨੇ ਨਾ ਘਬਰਾ ਅਲੀ ਅਕਬਰ, ਅਕਬਰ ਦਾ ਨਾਮ ਆਇਆ ਵੈਣ ਕਰ ਗਿਆ ਦਿਨ ਹੀ ਵੀ ਥੱਕੀ ਹੋਈ ਸ਼ਾ ਮੁਦੇ ਮੋੜਾਂ ਦੀ ਇੰਜ ਕਮ ਸਨ ਭੈਣ ਨਾ, ਚਾਵੇ ਨਾ ਜ਼ਖਮ ਡੁਖੇ ਨਾ। ਪੜਦਾ ਤਾਂ ਮੈਂ ਆਜ਼ਾਦਾਰਾਂ 'ਚ ਵੀ ਹਾਂ, ਪੜਦਾ ਤਾਂ ਮੈਂ ਮਾਤਮੀਆਂ 'ਚ ਵੀ ਹਾਂ, ਇੱਥਾਂ ਹੀ ਅੱਧਾ ਮਿੰਟ ਨਿਆਜ਼ਾ ਹੁਸੈਨ ਵਸੀਅਤ ਦਾ ਕਰਨ ਆਲਮ ਦੀਨ ਦੇ ਇਸਾਲੇ ਸਵਾਬ ਦੀ ਸੈਯਦਾ ਦਾ ਮਜਲਿਸ, ਤੁਹਾਡੇ ਤੇ ਮੇਰਾ ਸਵਾਲ ਹੈ, ਵਸੀਅਤ ਦਾ ਪੂਰਾ ਕਰਨਾ ਵਾਜਬ ਹੁੰਦਾ? ਗੈਰਾਂ ਤਾਲਿਓ ਹੋਏ ਪਹਿਲੀ ਭੈਣ ਭਾਈ ਜਾਣੀ ਤਾਈ ਮਿੰਬਰ ਇਸਤਾਲੇ ਬਿਰਾ ਦੇ ਹਵਾਲੇ ਪਿਆ ਕਰਦਾ, ਇੱਕ ਗੱਲ ਪਿਆ ਕਰਦਾ ਦੁੱਖ ਵਾਲੀ, ਇੱਜ਼ਤ ਤਾਲਿਓ ਬਿਰਾ ਦੇ ਕਿਆ ਦੀ ਜਦਾਂ ਕਬਰ ਬਣਾਵੇ ਵਤ ਨਿਸ਼ਾਨ ਚ ਮਿਟਾਵੇ, ਉਹ ਧੀਆਂ ਦੇ ਪੇਕੇ ਬੈਠੋ ਸਜਾਦ ਭੈਣ ਦੀ ਕਬਰ ਦਾ ਨਿਸ਼ਾਨ ਮਿਟਾਇਆ ਹੈ, ਜਿਵੇਂ ਤੇਰਾ ਮੇਰਾ ਪੰਜਵਾਂ ਇਮਾਮ ਨਾਲ ਬੈਠਾ ਈ ਬਾਬਾ, ਮੇਰੀ ਫੁੱਫੀ ਦੀ ਕਬਰ ਦਾ ਨਿਸ਼ਾਨ ਕਿਉਂ ਮਿਟਾਇਆ ਈ? ਵਹਿਣ ਕਰਕੇ ਸੈਯਦ ਆਦੈ ਮੱਤਾ ਆ ਜਾਵੇ ਨਾ ਵਤ ਨੇਜ਼ਿਆਂ ਵਾਲੇ, ਸੰਗ ਦਿਲ ਤੇ ਬਦ ਕਿਰਦਾਰ ਇਸ਼ਾਰਾ ਸਮਝੇ ਸੈਯਦ ਆਦੈ ਅਲੀ ਅਸਗਰ ਪੋਤਰਾਈ, ਜ਼ਖਮੀ ਦੀਆਂ ਅਲੀ ਦੀਆਂ ਤੁਹਾਡੀ ਮੇਰੀ ਨਾਲ ਬਸ ਇਨਸ਼ਾਅੱਲਾ। ਸੌਰੀ ਬਹੁਤ ਅੱਛੇ ਪੜਾ ਨਾਲ ਉਹਨਾਂ ਤੋਂ ਬਾਅਦ ਭਾਈ ਇੰਤਜ਼ਾਰ ਖੁਦ ਸ਼ਕਤ ਸਾਹਿਬ ਆ ਗਏ ਆ ਫਿਰ ਆ ਕੇ ਬਾਦਸ਼ਾਹ ਤੈਂ ਬਾਬੂ ਕਹਿੰਦੇ ਆ ਪਾਣੀ ਪਿਲਾ ਰਹਾ ਥਾ ਅਲੀ ਅਸਗਰ ਕੇ ਨਾਮ ਪਰ, ਪਾਣੀ ਪਿਲਾ ਰਹਾ ਥਾ ਅਲੀ